ਮੈਨੂੰ ਦੱਸੋ ਉਹ ਡੇਢ ਸਾਲ ਉੱਥੇ ਪਏ ਰਹੇ ਤੇ ਤੁਹਾਡੇ ਕਿਸੇ ਮੀਡੀਆ ਮੁੜੀਆ ਨੇ ਕੱਖ ਨਹੀਂ ਬੋਲਿਆ ਤੇ ਕੱਲ ਤੁਹਾਨੂੰ 15 ਮਿੰਟ ਰੋਕਣਾ ਪੈ ਗਿਆ ਤੇ ਆਉਂ ਹੋ ਗਈ। ਇਸ ਕਾਂਗਰਸ ਸਰਕਾਰ ਦੀ ਕੋਈ ਟੀਮ ਹੀ ਹੈ, ਇੱਕ ਦੂਜੇ ਦੇ ਵੈਰੀ ਹਨ, ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹੁੰਦੇ ਸਾਨਾ ਵਾਂਗ। ਇਸ ਕਰਕੇ ਪੰਜਾਬ ਨੂੰ ਕੀ ਦੇ ਸਕਦੇ? ਪਾਕਿਸਤਾਨ ਕਾ ਪੂਰਨ ਰੂਪ ਸੇ ਬੋਰਡਰ ਲਗਤਾ ਹੈ, ਸੁਰੱਖਿਆ ਕੀ ਦ੍ਰਿਸ਼ਟੀ ਸੇ ਦੇਸ਼ ਕੇ ਪ੍ਰਧਾਨ ਮੰਤਰੀ ਕੋ ਵਹਾਂ ਪੇ ਨਹੀਂ ਜਾਣਾ ਚਾਹੀਏ ਥਾ। ਇਸ ਤਰ੍ਹਾਂ ਸੇ ਪੈਦਲ ਕਾ ਜੋ 120 ਕਿਲੋਮੀਟਰ ਕਾ ਸਫ਼ਰ ਹੈ, ਯੇ ਆਮ ਜਨਤਾ ਨਹੀਂ ਚਾਹਤੀ ਕਿ ਉਸ ਤਰ੍ਹਾਂ ਸੇ ਜਾਏ। ਦੇਖੋ ਜਿਵੇਂ ਇੱਕ ਸਿੱਕਾ ਹੁੰਦਾ ਹੈ, ਉਹਦੇ ਦੋ ਪਾਸੇ ਹੁੰਦੇ, ਇਹਦੇ ਦੋ ਤਿੰਨ ਗੱਲਾਂ। ਇੱਕ ਤਾਂ ਮੈਂ ਇਹ ਕਹਿੰਦਾ ਵੀ ਉਹਨਾਂ ਦੇ ਆਉਣ 'ਚ ਰੁਕਾਵਟ ਨਹੀਂ ਪੈਣੀ ਚਾਹੀਦੀ, ਦੇਖੋ ਮਤਲਬ ਇਹ ਚੀਜ਼ ਹੈ। ਇੱਕ ਹੈ, ਦੂਜਾ ਉੱਥੇ ਕੱਟ ਹੀ ਨਹੀਂ ਸੀ, ਮਤਲਬ ਲੋਕ ਰੈਲੀ 'ਚ ਗਏ ਨਹੀਂ ਸਨ। ਫਿਰ ਵੀ ਮੈਂ ਕਹਿੰਦਾ ਕਿ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਉਹਦਾ ਪ੍ਰੋਗਰਾਮ 'ਚ ਵਿਘਨ ਨਾ ਪਾਵੇ ਤਾਂ ਅੱਛਾ ਹੈ, ਲੇਕਿਨ ਉੱਥੇ ਇਕੱਠ ਵੀ ਨਹੀਂ ਸੀ। ਇਹ ਵੀ ਗੱਲ ਹੈ, ਕਿਉਂਕਿ ਇਹ ਪਾਰਟੀ ਨੂੰ ਲੋਕ ਨਹੀਂ ਚਾਹੁੰਦੇ, ਕਿਉਂਕਿ ਕਿਸਾਨੀ ਨਾਲ ਇਹਨਾਂ ਨੇ ਬੜਾ ਧੱਕਾ ਕੀਤਾ ਅਤੇ ਉਹ ਕਿਸਾਨੀ ਦੁਖੀ ਹੈ। ਦੁਖੀ ਬੰਦਾ ਕੁਛ ਵੀ ਕਰ ਸਕਦਾ। ਦੋਨੋਂ ਆਪਾਂ ਆਪਣਾ ਬਚਾਓ ਕਰ ਰਹੇ, ਉਧਰ ਸਰਕਾਰ ਕਾ ਵੀ ਹੈ ਕਿ ਪ੍ਰਧਾਨ ਮੰਤਰੀ ਕਾ ਵੀ ਹੈ ਕਿ ਉਹਨਾਂ ਕੋਲ ਨਹੀਂ ਜਾਣਾ ਚਾਹੀਏ ਥਾ, ਕਿਉਂਕਿ ਪਾਕਿਸਤਾਨ ਕਾ ਪੂਰਨ ਰੂਪ ਸੇ ਬੋਰਡਰ ਲਗਤਾ ਹੈ, ਸੁਰੱਖਿਆ ਕੀ ਦ੍ਰਿਸ਼ਟੀ ਸੇ ਦੇਸ਼ ਕੇ ਪ੍ਰਧਾਨ ਮੰਤਰੀ ਕੋ ਵਹਾਂ ਪੇ ਨਹੀਂ ਜਾਣਾ ਚਾਹੀਏ ਥਾ। ਇਸ ਤਰ੍ਹਾਂ ਸੇ ਪੈਦਲ ਕਾ ਜੋ 120 ਕਿਲੋਮੀਟਰ ਕਾ ਸਫ਼ਰ ਹੈ, ਯੇ ਆਮ ਜਨਤਾ ਨਹੀਂ ਚਾਹਤੀ ਕਿ ਉਸ ਤਰ੍ਹਾਂ ਸੇ ਜਾਏ। ਯੇ ਉਨਕੀ ਵੀ ਜ਼ਿੰਮੇਦਾਰੀ ਰਹਿਤੀ ਹੈ, ਜੋ ਸਿਕਿਉਰਿਟੀ ਇੰਚਾਰਜ ਹੈ ਉਨਕੀ ਪੂਰੀ SPG ਕੀ ਇਨਕੀ ਪੂਰੀ ਜ਼ਿੰਮੇਦਾਰੀ ਹੈ ਕਿ ਕਹਾਂ ਜਾਣਾ, ਅਗਰ ਰੂਟ ਕਲੀਅਰ ਨਹੀਂ ਹੈ ਤੋ ਨਹੀਂ ਜਾਣਾ ਸੀ। ਪ੍ਰਧਾਨ ਮੰਤਰੀ ਮੁੱਖ ਮੰਤਰੀ ਕੋਈ ਵੀ ਕਿਸੇ ਪਾਰਟੀ ਕੇ ਨਹੀਂ ਹੋਤੇ, ਹਮਨੇ ਬਾਰ ਬਾਰ ਕਹਾ। ਅਗਰ ਪ੍ਰਧਾਨ ਮੰਤਰੀ ਰਾਸ਼ਟਰਪਤੀ
इस तरह के लोग आ रहे हैं, गवर्नर आ रहे हैं, तो पार्टी के नहीं होते, वे देश के होते हैं। इस तरह की एक जो ये न्यूज चल रही है कि बच गए, मौत से वापसी आए हैं, ये तो इस तरह का ये लगता है कि ये पूर्ण रूप से एक स्टंट है, जो चैनल वाले भी कह रहे हैं कि वहाँ से बच के आ गए। तो अगर ये था कि बच के आ गए तो फिर गए क्यों थे? तो ये पूर्ण रूप से एक सहानुभूति बटोरने का एक सस्ता जरिया ढूंढने की कोशिश करी गई है। किसानों का कल का प्रदर्शन था सब जगह, और वहाँ पे कौन से जत्थीबंदी थी, रास्ते रोकने का कोई प्रोग्राम नहीं था, तो इसका मतलब यह हो गया होगा कि किसी ने बताया होगा कि इस रूट से आ रहे तो लोग रास्ते में बैठे। लेकिन अभी ये जानकारी नहीं है कि प्रधानमंत्री का काफिला रोकने के लिए रास्ते में बैठे थे। हमारा अपना पक्ष ये है कि प्रधानमंत्री जी को 120 किलोमीटर का सफ़र बगैर प्रोग्राम के नहीं करना चाहिए।